ਇਹਦਾ ਬਹੁਤ ਰੈਲੀ ਹੈ ਚੈਨ ਵੀ ਹੈ ਨਾ ਹਾਂ ਇਹ ਬਿਲਕੁਲ ਸਮੂਥ ਹੈਗਾ ਹਾਂ ਤੁਸੀਂ ਲੋਕਲ ਮਾਰਕੀਟ ਦਾ ਦੇਖੋਗੇ ਨਾ ਉਹ ਬਹੁਤ ਹਾਰਡ ਹੈ ਇਹ ਤਾਂ ਪਤਾ ਹੀ ਨਹੀਂ ਲੱਗਦਾ ਇਹ ਪਤਾ ਕਿਉਂ ਇਹਦੇ 'ਚ ਬੇਅਰਿੰਗ ਮੈਕੈਨਿਜ਼ਮ ਹੈ ਅੱਛਾ ਠੀਕ ਹੈ ਤਿੰਨ ਬੇਅਰਿੰਗ ਹੈ ਲੋਕੀ ਬੁਸ਼ ਯੂਜ਼ ਕਰਦੇ ਆ ਕੋਈ ਵੀ ਨਹੀਂ ਦੇਗਾ ਇਹ ਤਾਂ ਇਹ 500 ਕੇਜੀ ਚੱਕ ਲੈਂਦਾ ਇਹ ਤਾਂ ਆਪਣਾ weight ਸਿਰਫ 4 ਕਿਲੋ ਹੈ ਠੀਕ ਹੈ ਜੀ ਠੀਕ ਹੈ ਮਤਲਬ ਪੋਕਟ 'ਚ ਪਾ ਕੇ ਬੰਦਾ ਲੈ ਜਾ ਸਕਦਾ ਪੋਕਟ ਕੈਰੀ ਕਰਕੇ ਪੇਟੈਂਟ ਪ੍ਰੋਡਕਟ ਹੈ ਸਾਡਾ ਇਹ ਵਰਲਡ 'ਚ ਕਿਸੇ ਹੋਰ ਕੋਲ ਇਹ ਪੇਟੈਂਟ ਪ੍ਰੋਡਕਟ ਨਹੀਂ ਹੈ ਠੀਕ ਹੈ ਜੀ ਇਹ ਵੀ ਮੇਡ ਇਨ ਜਾਪਾਨ ਹੀ ਇਹ ਮੇਡ ਇਨ ਜਰਮਨੀ ਜਰਮਨੀ ਬੈਲਜੀਅਮ ਦਾ ਕੋਈ ਇਲੈਕਟ੍ਰਿਸਿਟੀ ਵਾਇਰ ਆ ਤਾਂ ਉਹਨੂੰ ਲਾਈਟ ਕਰਨ ਦੇ ਲਈ ਤਾਰ ਖਿੱਚਣ ਨੂੰ ਸਹੀ ਸਹੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਚੈਨ ਕੁੱਪੀਆਂ ਜੋ ਤੁਸੀਂ ਵੇਖ ਸਕਦੇ ਹੋ ਕਿ ਕੀਟੋ ਕੰਪਨੀ ਆ ਛੋਟੀ ਤੋਂ ਲੈ ਕੇ ਵੱਡੀ ਤੱਕ ਕਿਉਂਕਿ ਹੋ ਸਕਦਾ ਵੀ ਐਡੀ ਕੁ ਚੈਨ ਕੁੱਪੀ ਜੋ ਜੇਬ 'ਚ ਪੈ ਜਾਂਦੀ ਹੈ ਤੁਸੀਂ ਪਹਿਲਾਂ ਕਦੇ ਨਾ ਦੇਖੀ ਹੋਵੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਮੇਲੇ ਦੇ ਵਿੱਚ ਆਏ ਸੀਗੇ ਮਹਿਕਮਾ ਐਕਸਪੋ 2022 ਦੇ ਵਿੱਚ ਅਤੇ ਇਸ ਕੰਪਨੀ ਤੋਂ ਆਪਣੇ ਨਾਲ ਵਿਕਰਮ ਜੀ ਆ ਸਤਿ ਸ਼੍ਰੀ ਅਕਾਲ ਬਾਈ ਇਹ ਜਿਹੜੀ ਛੋਟੀ ਚੈਨ ਕੁੱਪੀ ਆ ਇਹਦੇ ਬਾਰੇ ਦੱਸਿਓ ਸਰ ਇਹ ਬੇਸਿਕਲੀ ਕੀਟੋ ਦੀ ਰੈਚਟ ਹੈਗਾ ਬੇਸਿਕਲੀ ਇਹਦੇ 'ਚ ਕੀ ਹੈਗਾ ਕਿ ਸਪੋਜ਼ ਕਿ ਤੁਸੀਂ ਆਪਣੀ ਤਰਫ ਪੁੱਲ ਕਰਨਾ ਜਾਂ ਪੁੱਲ ਕਰਨਾ ਉਸ ਐਪਲੀਕੇਸ਼ਨ ਦੇ ਲਈ ਬੇਸਿਕਲੀ ਯੂਜ਼ ਹੁੰਦੀ ਹੈ ਅੱਛਾ ਜੀ ਠੀਕ ਹੈ ਇਹ ਵਰਲਡ ਦਾ ਸਭ ਤੋਂ ਮਤਲਬ ਲੋਵੈਸਟ ਵੇਟ ਵਾਲਾ ਇਕਵਿਪਮੈਂਟ ਹੈਗਾ ਇਹ ਵਰਲਡ 'ਚ ਕਿਸੇ ਹੋਰ ਕੋਲ ਨਹੀਂ ਹੈਗਾ ਸੇਮ ਐਜ਼ ਇਟ ਇਜ਼ ਤੁਸੀਂ ਦੇਖੋ ਐਲੂਮੀਨੀਅਮ ਦੇ ਵਿੱਚ ਹੈਗਾ ਠੀਕ ਹੈ ਔਰ ਇਹਦੇ 'ਚ ਓਵਰਲੋਡ ਲਿਮਿਟਰ ਵੀ ਇਨਬਿਲਟ ਹੈਗਾ ਇਹ ਤੁਹਾਨੂੰ ਕੋਈ ਵੀ ਨਹੀਂ ਦੇਗਾ ਇਹ ਤਾਂ ਇਹ 500 ਕੇਜੀ ਚੱਕ ਲੈਂਦਾ ਇਹ ਤਾਂ ਆਪਣਾ ਵੇਟ ਸਿਰਫ 4 ਕਿਲੋ ਹੈ ਠੀਕ ਹੈ ਜੀ ਠੀਕ ਹੈ ਨਾ ਮਤਲਬ ਪੋਕਟ 'ਚ ਪਾ ਕੇ ਬੰਦਾ ਲੈ ਜਾ ਸਕਦਾ ਪੋਕਟ ਕੈਰੀ ਕਰਕੇ ਅਤੇ ਇਹ ਕਿੰਨਾ ਚੱਕਦਾ ਜੀ ਇਹ ਵੀ ਇਹ 0.25 ਟਨ ਮਤਲਬ 250 ਕੇਜੀ ਅੱਛਾ ਇਹ ਵੀ 250 ਕੇਜੀ ਕੁਇੰਟਲ ਦਾ ਚੱਕਦਾ ਵੇਟ 1.6 ਕੇਜੀ ਹੈ ਓਕੇ ਓਕੇ ਹਾਂਜੀ ਠੀਕ ਹੈ ਇਦਾਂ ਹੀ ਇਹ 1.5 ਟਨ ਦਾ ਚੇਨ ਪੁਲੀ ਬਲੌਕ ਹੈ ਹਾਂ ਉਹਦੇ ਬਾਅਦ ਸਾਡੇ ਕੋਲ ਲਾਈਟ ਰੇਲ ਸਿਸਟਮ ਆ ਜਾਂਦਾ ਹੈ ਪੂਰਾ ਅੱਛਾ ਜੀ ਔਰ ਇਲੈਕਟ੍ਰੀਕਲ ਹੌਇਸਟ ਆ ਜਾਂਦੀ ਹੈ ਕੀਟੋ ਜਪਾਨ ਦੀ ਕਿਵੇਂ ਚੱਲਦਾ ਡੈਮੋ ਚੱਲਦਾ ਹਾਂ ਇਹਦੇ 'ਚ ਕੀ ਹੈ ਕਿ ਤੁਸੀਂ ਅਪ ਐਂਡ ਡਾਊਨ ਤਾਂ ਇੱਦਾਂ ਕਰ ਸਕਦੇ ਹੋ ਅੱਛਾ ਜੀ ਤੇ ਮੈਨੂਅਲੀ ਵੇਟ ਚੱਕ ਕੇ ਰਾਈਟ ਲੈਫਟ ਤੁਸੀਂ ਕਰ ਸਕਦੇ ਹੋ ਪੂਰਾ ਪੂਰਾ ਜਿਹੜੀ ਲੌਂਗ ਟਰੈਵਲ ਕ੍ਰੋਸ ਟਰੈਵਲ ਪ੍ਰੋਪਰ ਤਰੀਕੇ ਨਾਲ ਤੁਸੀਂ ਚਲਾ ਸਕਦੇ ਹੋ ਇਹ ਤਾਂ ਮਤਲਬ ਇੱਥੇ ਡੈਮੋ ਦਾ ਲੱਪਣਾ ਲੱਗਾ ਹੋਇਆ ਹੈ ਬੇਸਿਕਲੀ ਤੇ ਇਹ ਲੈਂਥ ਦੀ ਵੱਧ ਤੋਂ ਵੱਧ ਕਿੰਨੀ ਤੁਸੀਂ ਜਿੰਨੀ ਵੀ ਇਨਕਰੀਜ਼ ਕਰ ਸਕਦੇ ਹੋ ਅਕੋਰਡਿੰਗ ਟੂ ਯੋਰ ਵਰਕ ਠੀਕ ਹੈ ਜਿਹੜਾ ਇਹਦਾ ਬ੍ਰਿਜ ਹੈ ਉਹ ਮੈਕਸਿਮਮ 6 ਮੀਟਰ ਤੱਕ ਆਏਗਾ ਮਤਲਬ 20 ਫੀਟ ਹਾਂ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਕਰ ਸਕਦੇ ਹੋ ਇਹ ਲਿਮਿਟੇਸ਼ਨ ਹੈ ਇਹਦੀ ਲੇਕਿਨ ਕੰਮ ਸਮੂਥਲੀ ਕਰਨਾ ਟਰਬਲ ਫਰੀ ਸੇਫਟੀ ਨੂੰ ਧਿਆਨ ਰੱਖ ਕੇ ਪ੍ਰੋਪਰ ਤਰੀਕੇ ਨਾਲ ਤੁਸੀਂ ਕੀਟੋ ਦੇ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਇਹਦੀ ਕੰਪਲੀਟਲੀ ਮੇਡ ਇਨ ਜਾਪਾਨ ਪ੍ਰੋਡਕਟ ਨੇ ਅੱਛਾ ਜੀ ਕੰਪਲੀਟਲੀ ਮੇਡ ਇਨ ਜਾਪਾਨ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਇਹਦੀ ਕੈਪੈਸਿਟੀ ਕਿੰਨੀ ਹੈ ਜੀ ਇਹ ਜੀ 125 ਕੇਜੀ ਤੋਂ ਲੈ ਕੇ ਤੇ 2 ਟਨ ਕੈਪੈਸਿਟੀ ਤੱਕ ਆ ਜਾਂਦੇ ਆ ਠੀਕ ਹੈ ਜੀ ਅਦਰਵਾਈਜ਼ ਤੁਸੀਂ ਅਗਰ ਸਟੀਲ ਸਟਰਕਚਰ ਦੇ ਉੱਤੇ ਚਲਾਉਣਾ ਹੋਏਗਾ ਨਾ ਕੰਪਲੀਟਲੀ ਇਦਾਂ ਹਾਂਜੀ ਤਾਂ ਤੁਸੀਂ 20 ਟਨ ਕੈਪੈਸਿਟੀ ਤੱਕ ਵੀ ਲੈ ਸਕਦੇ ਹੋ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਅਲੱਗ ਅਲੱਗ ਤਰ੍ਹਾਂ ਦੇ ਆ ਜਾਂਦੇ ਆ ਜਿੱਦਾਂ ਇਹ ਪਲੇਨ ਟਰਾਲੀ ਦੇ ਨਾਲ ਆ ਰਿਹਾ ਹੈ ਇਹ ਗੇਅਰਡ ਟਰਾਲੀ ਦੇ ਨਾਲ ਇਹ ਮੋਟਰਾਈਜ਼ਡ ਟਰਾਲੀ ਦੇ ਨਾਲ ਆ ਰਹੇ ਆ ਠੀਕ ਹੈ ਜੀ ਇਹ ਇਹ EQ ਸੀਰੀਜ਼ ਹੈਗਾ ਜੀ ਹਾਂਜੀ EQ ਸੀਰੀਜ਼ ਦੇ ਵਿੱਚ ਤੁਹਾਨੂੰ 125 ਕੇਜੀ ਤੋਂ ਲੈ ਕੇ ਤੇ ਤੁਹਾਨੂੰ ਅਪ ਟੂ 1 ਟਨ ਕੈਪੈਸਿਟੀ ਤੱਕ ਆਉਂਦਾ ਹੈ ਪ੍ਰੋਪਰ ਇਹ ਚੱਲਦਾ ਹੀ ਹੈ ਜੀ ਇਹ ਤਾਂ ਹਾਂਜੀ ਹਾਂਜੀ ਇਹ ਚੱਲਦਾ ਹੈ ਅੱਛਾ ਅੱਛਾ ਇਹ ਤੁਸੀਂ ਅਪ ਐਂਡ ਡਾਊਨ ਕਰਕੇ ਦੇਖ ਸਕਦੇ ਹੋ ਤੁਸੀਂ ਓਕੇ ਓਕੇ ਅਪ ਐਂਡ ਡਾਊਨ ਠੀਕ ਹੈ ਹਾਂ ਓਕੇ ਓਕੇ ਇਹ ਇੰਡਸਟਰੀਅਲ ਐਪਲੀਕੇਸ਼ਨ ਦੇ ਲਈ ਹੈਗਾ ਇਹ ਵਰਲਡ ਕਲਾਸ ਪ੍ਰੋਡਕਟ ਹੈ ਇਹਦੇ ਇਕੁਇਵਲੈਂਟ ਹਜੇ ਤੱਕ ਕੋਈ ਪ੍ਰੋਡਕਟ ਨਹੀਂ ਹੈਗਾ ਮਾਰਕੀਟ ਦੇ ਵਿੱਚ ਉਹਦੇ ਬਾਅਦ ਸਾਡੇ ਕੋਲ ਐਟਲਸ ਕੋਪਕੋ ਏਅਰ ਕੰਪਰੈਸਰਸ ਵੀ ਹੈਗੇ ਤੁਸੀਂ ਕੰਪਰੈਸਰ ਤਾਂ ਦੇਖੇ ਹੋਣਗੇ ਲੇਕਿਨ 50% ਬਿਜਲੀ ਬਚਾਉਣ ਵਾਲਾ ਕੰਪਰੈਸਰ ਨਹੀਂ ਦੇਖਿਆ ਹੋਣਾ ਇਹ ਮਸ਼ੀਨ ਐਸੀ ਹੈ ਕਿ ਨਾਰਮਲ ਜਿਹੜੇ ਟ੍ਰੈਡੀਸ਼ਨਲ ਕੰਪਰੈਸਰ ਮਾਰਕੀਟ ਦੇ ਵਿੱਚ ਮਿਲਦੇ ਹੈ ਉਹਦੇ ਕੰਪੈਰੀਟਿਵਲੀ ਇਹ ਕੰਪਰੈਸਰ 50% ਤੁਹਾਡੀ ਪਾਵਰ ਸੇਵ ਕਰਦਾ ਹੈ ਵਿਦ ਰਿਸਪੈਕਟ ਟੂ ਦੀ ਡਿਮਾਂਡ ਆਫ ਕਸਟਮਰ ਏਅਰ ਔਰ ਇਹ ਕੀ ਕਰਦਾ ਹੈ ਕੌਂਸਟੈਂਟ ਪ੍ਰੈਸ਼ਰ ਦੇ ਤੁਹਾਡੀ ਹਵਾ ਨੂੰ ਮਤਲਬ 20% ਤੋਂ ਲੈ ਕੇ 100% ਵੇਰੀਏਸ਼ਨ ਦੇ ਵਿੱਚ ਚਲਾਉਂਦਾ ਹੈ ਪ੍ਰੋਪਰ ਤਾਂ ਤੁਹਾਨੂੰ ਸੇਵਿੰਗ ਮਤਲਬ ਤੁਹਾਡੀ ਅਗਰ 20% ਦੀ ਰਿਕੁਆਇਰਮੈਂਟ ਹੈ ਤਾਂ ਇਹਨੇ 20% ਪਾਵਰ ਲੈ ਕੇ ਤੁਹਾਨੂੰ 19 ਹਵਾ ਦੇਣੀ ਤੇ ਇਹਦੀ ਕੈਪੈਸਿਟੀ 100% ਦੀ ਰਿਕੁਆਇਰਮੈਂਟ ਹੈ ਤਾਂ ਇਹਨੇ 100% ਤੇ ਚੱਲ ਕੇ ਤੁਹਾਡੀ ਹਵਾ ਪੂਰੀ ਕਰਨੀ ਇਹਦੀ ਕੈਪੈਸਿਟੀ ਕਿੰਨੀ ਹੈ ਇਹ ਜੀ 22 ਕਿਲੋਵਾਟ ਦਾ ਕੰਪਰੈਸਰ ਹੈ 162 ਸੀਐਫਐਮ ਦਾ ਹੈਗਾ ਠੀਕ ਹੈ ਇਹਨੇ 31 ਸੀਐਫਐਮ ਤੋਂ ਲੈ ਕੇ 162 ਸੀਐਫਐਮ ਦੇ ਵਿੱਚ ਵੇਰੀ ਕਰਨਾ ਹੈ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਣੇ ਆਪ ਨੂੰ ਚਲਾਉਣਾ ਠੀਕ ਹੈ ਜੀ ਹਾਂਜੀ ਉਹਦੇ ਬਾਅਦ ਸਾਡੇ ਕੋਲ ਪਿਸਟਨ ਟਾਈਪ ਕੰਪਰੈਸਰ ਵੀ ਆ ਜਾਂਦੇ ਆ ਇਸ ਤਰ੍ਹਾਂ ਦੇ ਪਿਸਟਨ ਕੰਪਰੈਸਰ ਵੀ ਹੈਗੇ ਆ ਇਹ ਨਾਰਮਲੀ 3 HP ਤੋਂ ਲੈ ਕੇ 10 HP ਤੱਕ ਕੈਪੈਸਿਟੀ ਦੇ ਆਉਂਦੇ ਆ ਇਹਦੀ ਕੀਮਤ ਅੰਦਾਜ਼ਨ ਕਿੰਨੀ ਹੋ ਜੀ ਇਹ ਮਿਨੀਮਮ ਜਿਹੜਾ ਹੈ 70-75 ਹਜ਼ਾਰ ਤੋਂ ਲੈ ਕੇ 1,25,000-30,000 ਤੱਕ ਕੈਪੈਸਿਟੀ ਹੈਗੀ ਠੀਕ ਹੈ ਇਹ ਜਿਹੜਾ ਹੈਗਾ ਇਹ 9.5 ਲੱਖ ਦੀ ਯੂਨਿਟ ਹੈਗੀ ਹੈ ਇਹ 9.5 ਲੱਖ ਇਹ ਜ਼ਿਆਦਾ ਕਿੱਥੇ ਵਰਤਿਆ ਜਾਂਦਾ ਜੀ ਇਹ ਹਰ ਤਰ੍ਹਾਂ ਦੇ ਜਿੰਨੇ ਵੀ ਟੈਕਸਟਾਈਲ ਹੈ ਨਿਟਿੰਗ ਹੈ ਡਾਈਂਗ ਹੈ ਫੋਰਜਿੰਗ ਫਾਊਂਡਰੀ ਸਟੀਲ ਐਗਰੀਕਲਚਰ ਇਕਵਿਪਮੈਂਟ ਜਿੰਨੇ ਬਣਾਉਣ ਵਾਲੇ ਹੈਗੇ ਟਰੈਕਟਰ ਵਾਲੇ ਹੈਗੇ ਹੈ ਰੋਟਾਵੇਟਰ ਵਾਲੇ ਹੈਗੇ ਹੈ ਫਿਰ ਤੁਸੀਂ
सीमेंट स्टील उसके बाद जिन्ना शुगर प्लांट हो गए डिस्टलरी प्लांट हो गए एवरीवेयर जिते न्यूमेटिक सिस्टम हैगा तुसी ये कंप्रेसर यूज कर सकते हो। ये एकसार हवा दिंदा जी? हाँ जी भी सवा हवा एकसार दिंदा। हाँ ये तुहानू तुहाडी रिक्वायरमेंट नू जज करके अपनी किलोवाट उन्ने ते लियाने उन्ने सी एफ एम भी उन्ने लियाने ते लेकिन प्रेशर कॉन्सटेंट रखना। ठीक है ये पेटेंट प्रोडक्ट है साडा वर्ल्ड च किसी होर कोल ये पेटेंट प्रोडक्ट नहीं है। ठीक है जी। हाँ। ए भी मेड इन जापान ही? ए मेड इन जर्मनी। जर्मनी बेल्जियम दा हैगा। बेल्जियम यूरोपियन है। ठीक है ते जे आपां इन्हां दी कीमत दी गल करदे आ जी ए किन्ने कीमत दे है जी? 500 केजी कैपेसिटी दा हैगा। इहदी मैक्सिमम अगर तुसी कीमत गल करो ते ए 18,000 दे विच आ जांदा है। ठीक है जी। हां ते इहदी गल करो ते ए 11,000 दे नियर अबाउट पैंदा है। ये वैसे ज्यादा ये कौन वर्तदे है जी? ये लोग ये सर जिदा तुसी ब्रिज ब्रुज बंदे देखे होने हैं जी या किसी कुछ तुसी इंडस्ट्री दे विच पुलिंग एप्लीकेशन देखी होनी है कि किसी चीज नु बिल्कुल क्या नाम है एंगल ते सेट करके लगाना है। हां ओथे बेसिकली वेट चक के ते एंगल ते सेट करके लगाना या अपनी तरफ खींचना। ठीक है जी। हां हां वायर नु अगर कोई इलेक्ट्रिसिटी वायर है तो उन्हें टाइट करने के लिए यूज कर सकते हैं। सही सही। ठीक है। और भी कई एप्लीकेशन ने डेली यूटिलिटी प्रोडक्ट है थोड़ा जिथे मेंटेनेंस का काम है ये प्रोडक्ट यूज होना ही होना। ए वाला जिहड़ा एक टन आधी टन ये भी हाफ टन मतलब 500 केजी का ही है ये भी ये 15-16,000 के नियर अबाउट आया। मेरे ख्याल जिहड़ा बाजार दे विच एक टन हुंदा उस तो ये वधिया काम करता होगा। सर देखो बाजार दे विच कई तरह के अवेलेबल ने लेकिन ये प्रोडक्ट जिहड़ा है ना उन्हां तो थोड़ा डिफरेंट है। इहदे च असीं ग्रेड 100 की चेन दे रहे हैं वो लोकल जड़े है उसकी ग्रेड जड़े है 60 या ग्रेड 40 होंगे वो वेट च बहुत ज़्यादा होएगा ये उस तो हाफ वेट च होएगा। ਇਹਦਾ ਬਹੁਤ ਰੈਲੀ ਹੈ ਚੈਨ ਦੀ ਹੈ ਨਾ? ਹਾਂ ਇਹ ਬਿਲਕੁਲ ਸਮੂਥ ਹੈਗਾ। ਤੁਸੀਂ ਲੋਕਲ ਮਾਰਕੀਟ ਦਾ ਦੇਖੋਗੇ ਨਾ ਉਹ ਬਹੁਤ ਹਾਰਡ ਹੈ। ਇਹ ਤਾਂ ਪਤਾ ਹੀ ਨਹੀਂ ਲੱਗਦਾ। ਇਹ ਪਤਾ ਕਿਉਂ? ਇਹਦੇ 'ਚ ਬੇਰਿੰਗ ਮੈਕੈਨਿਜ਼ਮ ਹੈ। ਅੱਛਾ ਠੀਕ ਹੈ। 3 ਬੇਰਿੰਗ ਹੈ ਲੋਕੀ ਬੁਸ਼ ਯੂਜ਼ ਕਰਦੇ ਆ। ਓਕੇ ਓਕੇ। ਇਹਦੇ 'ਚ ਬੇਰਿੰਗ ਨੇ ਉਹਦੇ ਬਾਅਦ ਇਹ 'ਚ ਡਬਲ ਸਪਰਿੰਗ ਹੈ ਅਗਰ ਇੱਕ ਸਪਰਿੰਗ ਟੁੱਟ ਵੀ ਜਾਂਦਾ ਤਾਂ ਦੂਜਾ ਸਪਰਿੰਗ ਲੋਡ ਨੂੰ ਹੋਲਡ ਕਰ ਲੈਂਦਾ। ਠੀਕ ਹੈ। ਐਕਸੀਡੈਂਟ ਦਾ ਖਤਰਾ ਕੁਝ ਵੀ ਨਹੀਂ। ਓਕੇ ਓਕੇ। ਬਾਕੀਆਂ ਦੇ ਵਿੱਚ ਉਹ ਸਪਰਿੰਗ ਦਿੰਦੇ ਹੀ ਨਹੀਂ। ਬੇਸਿਕਲੀ। ਠੀਕ ਹੈ। ਧੰਨਵਾਦ ਜੀ। ਥੈਂਕ ਯੂ। ਓਕੇ।